ਕੁਐਸਚਨ ਇੱਥੇ ਰਾਈਜ਼ ਆਉਂਦਾ ਹੈਗਾ, ਕਿੰਨੇ ਕੁ ਬੰਦੇ ਆਪਣੇ ਜਿਹੜੇ ਆਪਾਂ ਸਾਰੇ ਸਕਾਲਰ ਬੈਠੇ ਹਾਂ, ਤੁਸੀਂ ਮੈਨੂੰ ਇਹ ਦੱਸੋ ਵੀ ਕੁਛ ਜਿਵੇਂ ਹਰਭਜਨ ਸਮਰੇ ਨੇ ਗੱਲ ਕੀਤੀ ਹੈ ਵੀ ਬੰਦੇ ਨੂੰ ਗੇਮ ਜੀ ਲੱਗਦੀ ਆ, ਪਹਿਲੀ ਵਾਰੀ ਜਿੱਤ ਗਏ ਉਹ ਕਿ ਸਹੁੰ ਖਾ ਲਈ ਮੈਂ ਚੱਕ ਦਿਆਂਗਾ ਫਟੇ ਉਹ ਕਰ ਦਾਂਗਾ, ਹੁਣ ਉਹਨੂੰ ਯੂਜ਼ ਕਰ ਰਹੇ ਨੇ, ਉਹ ਪਹਿਲਾਂ ਕਿਉਂ ਨੀ ਅਨਾਊਂਸ ਕਰ ਰਹੇ ਕਿ ਫਰੋਮ ਟੂਡੇ? ਹੁਣ ਜੇ ਉਹ ਇੱਕ ਚੀਫ ਬਣ ਜਾਣ ਬਣ ਗਿਆ ਹੈਗਾ, ਚੀਫ ਮਿਨਿਸਟਰ ਬਣਨਾ ਚਾਹੀਦਾ, ਉਹ ਕਿਉਂ ਨੀ ਅਨਾਊਂਸ ਕਰ ਰਹੇ? ਇਹਦੇ ਵਿੱਚ ਕੁਛ ਦਾਜ ਕਾਲਾ ਕਾਲਾ ਲੱਗਦਾ ਹੈਗਾ ਕੁਛ। ਮੈਂ ਤੁਹਾਨੂੰ ਇਹਦਾ ਜਵਾਬ ਦਿੰਦਾ। ਹਾਂ ਬੋਲੋ। ਤੁਸੀਂ ਜੇ 50, 60, 70 ਦਾ ਪੀਰੀਅਡ ਦੇਖੋ, ਪੈਂਟ ਤੱਕ ਆਲ ਅਕਾਲੀ ਜੁਆਇੰਟ ਕਾਂਗਰਸ, ਸਵਰਨ ਸਿੰਘ, ਗੁਰਦਰਸ਼ਨ ਸਿੰਘ ਢਿੱਲੋਂ ਸਪੀਕਰ, ਹੁਕਮ ਸਿੰਘ, ਬਿਕੋਜ਼ ਦੇ ਡਿਡ ਨੋਟ ਹੈਵ ਐਨੀ ਹੋਪ ਫਰੋਮ ਅਕਾਲੀਸ। ਸੋ ਸਾਰੇ ਅਕਾਲੀ ਕਾਂਗਰਸ ਜੁਆਇਨ ਕੇ, ਵਰਚੁਅਲੀ ਦੇਰ ਵਾਜ਼ ਨੋ ਅਕਾਲੀ ਪਾਰਟੀ ਇਨ ਪੰਜਾਬ। ਸੈਕਿੰਡ ਪੁਆਇੰਟ, ਦੇ ਟੂ ਦ ਕਾਂਗਰਸ ਲੀਡਰਸ਼ਿਪ ਡੋਂਟ ਵਾਂਟ ਟੂ ਡੰਪ ਅਮਰਿੰਦਰ। ਕੁਇਕਲੀ ਇੰਟਰਜੈਕਟ, ਆਈ ਥਿੰਕ ਵਿਨੋਦ ਹੈ ਐਸੇ ਪੁਆਇੰਟ, ਜਾਂ ਤਾਂ ਰਾਜਾ ਵਿਲ ਗ੍ਰੇਸਫੁਲੀ ਰਿਟਾਇਰ ਹਿਮਸੈਲਫ, ਔਰ ਦੇ ਵਿਲ ਅਰੇਂਜ ਫਾਰ ਹਿਮ ਟੂ ਰਿਟਾਇਰ ਗ੍ਰੇਸਫੁਲੀ, ਦੇ ਵਿਲ ਨਾਟ ਡੰਪ ਹਿਮ, ਦੇ ਬਿਕਾਜ਼ ਇਟ ਵਿਲ ਇਟ ਇਜ਼ ਗੋਇੰਗ ਟੂ ਗੋ ਅਗੇਂਸਟ ਬੋਥ। ਦੈਟਸ ਅ ਪੁਆਇੰਟ। ਹਾਂ ਬਲਜੀਤ ਜੀ, ਇਸੇ ਤੇ ਹੀ ਮੈਂ ਤੁਹਾਨੂੰ ਆਪਣੇ ਵਿਊ ਦਿੰਨੀ ਹੈ ਕਿ ਰਾਜੇ ਨੂੰ ਰੱਖਣਾ ਵੀ ਜ਼ਰੂਰੀ ਹੈ, ਕਿਉਂਕਿ ਉਹਦੇ ਨਾਲ ਵੀ ਕੁਛ ਨਾ ਕੁਛ ਐਜ਼ ਅ ਰਾਜਾ ਮਹਾਰਾਜਾ, ਐਜ਼ ਹਿਜ਼ ਵਾਈਫ ਮਹਾਰਾਣੀ, ਉਹਦੇ ਨਾਲ ਕੁਛ ਨਾ ਕੁਛ ਵੋਟਾਂ ਜੁੜੀਆਂ ਹੋਈਆਂ। ਉਹਨੂੰ ਇੱਕਦਮ ਜੇ ਤੁਸੀਂ ਕਹੋ ਕਿ ਡੰਪ ਕਰ ਦੇਣ, ਉਹਨੂੰ ਨਹੀਂ ਡੰਪ ਕਰਨਗੇ। ਪਟਿਆਲੇ ਦੇ ਏਰੀਏ ਦੇ ਵਿੱਚ ਸਟਿਲ ਲੋਕ ਮਹਾਰਾਜੇ ਨੂੰ ਵੋਟ ਪਾਉਣਗੇ ਤੁਸੀਂ, ਬਿਕੋਜ਼ ਵੀ ਆਰ ਫਰੋਮ ਪਟਿਆਲਾ। ਮੈਂ ਸਿਰਫ ਤੁਹਾਨੂੰ ਇਹ ਦੱਸ ਸਕਦੀ ਹਾਂ ਕਿ ਬਲਾਈਂਡਲੀ ਲੋਕ ਉਹਦੇ 'ਤੇ ਫੇਥ ਕਰਦੇ ਆ। ਜਿਹਨੇ ਕੁਐਸਚਨ ਕੀਤਾ ਸੀਗਾ ਕਿ ਆਪਾਂ ਮਤਲਬ ਜਿਹੜੀ ਕਰਪਸ਼ਨ ਹੈ ਪੰਜਾਬ ਦੇ ਵਿੱਚ, ਹੈ ਨਾ, ਕਿ ਉਹ ਜਿਹੜੀ ਕਹਿ ਲਓ ਕਿ ਤੁਸੀਂ ਇਨਫਰਾਸਟ੍ਰਕਚਰ ਹੈ ਜਿਹੜਾ, ਉਹਨੂੰ ਕਿਸ ਤਰ੍ਹਾਂ ਕਲੀਨ ਕਿੱਦਾਂ ਕੀਤਾ ਜਾਊਗਾ। ਉਹਦੇ 'ਚ ਇਹ ਹੈ ਕਿ ਬਹੁਤ ਸਾਰਾ ਕੰਮ ਹੈ ਜਿਹੜਾ ਉਹ ਕਿਸਾਨਾਂ ਨੇ ਕਰ ਦਿੱਤਾ। ਕਿਸਾਨ ਐਸੋਸੀਏਸ਼ਨ ਨੇ ਬਹੁਤ ਵੱਡਾ ਕੰਮ ਕੀਤਾ, ਬਹੁਤ ਲਿਆ ਦਿੱਤੀ ਹੈ। ਸੋ ਉਹਦੇ ਨਾਲ ਹੁਣ ਜਿਹੜਾ ਯੰਗ ਜਨਰੇਸ਼ਨ ਹੈਗੀ ਹੈ, ਜਿਹੜੀ ਐਟਲੀਸਟ ਮੈਂ ਕਹਿੰਦੀ ਹਾਂ ਕਿ 70% ਯੰਗ ਜਿਹੜੇ ਯੰਗਸਟਰਸ ਹੈਗੇ ਆ, ਉਹਨਾਂ ਦਾ ਵਿਜ਼ਨ ਹੈ ਜਿਹੜਾ ਉਹ ਚੰਗੇ ਪੰਜਾਬ ਦਾ ਜੁੜ ਚੁੱਕਿਆ। ਅੱਛਾ ਜੀ, ਗੁਰਚਰਨਜੀਤ ਗਰੇਵਾਲ ਜੀ, ਇੰਡੀਆ ਦੇ ਵਿੱਚ ਕੀ ਹੋ ਰਿਹਾ ਅੱਜ, ਪੰਜਾਬ ਦੇ ਨਾਲ ਕੀ ਹੋ ਰਿਹਾ, ਬੰਗਾਲ ਦੇ ਨਾਲ ਕੀ ਹੋ ਰਿਹਾ, ਤੁਹਾਡੇ ਸਾਹਮਣੇ ਆ। ਜਿਸ ਆਜ਼ਾਦੀ ਤੋਂ ਲੈ ਕੇ ਜਦਨ ਦਾ ਰੈਵੋਲੂਸ਼ਨ ਇੰਡੀਆ ਦੇ ਵਿੱਚ ਆਇਆ, ਆਜ਼ਾਦੀ ਦੇ ਟਾਈਮ ਤੇ, ਗੋਰਿਆਂ ਦੇ ਟਾਈਮ ਦੇ ਉੱਤੇ, ਪੰਜਾਬ ਨੂੰ ਪੰਜਾਬ ਨੇ ਲੀਡ ਕੀਤਾ, ਬੰਗਾਲ ਨੇ ਲੀਡ ਕੀਤਾ, ਪਰ ਸੈਂਟਰ ਨੇ ਇਹਨਾਂ ਦੋਨਾਂ ਸਟੇਟਾਂ ਨੂੰ ਦਬਾਇਆ। ਜਿਸ ਦਿਨ ਕੰਟਰੀ ਆਜ਼ਾਦ ਹੋਇਆ, ਡਿਲੀਵਰਲੀ ਦੋਨੇ ਸਟੇਟਾਂ ਨੂੰ ਡਿਵਾਈਡ ਕੀਤਾ। ਕਿਉਂ? ਉਹਨਾਂ ਨੂੰ ਪਤਾ ਸੀ ਕਿ ਜੇ ਅਸੀਂ ਇਹਨੂੰ ਨਾ ਦਵਾਇਆ ਤਾਂ ਇਹ ਲੀਡ ਕਰਨਗੇ। ਇਹ ਸੈਂਟਰ ਨਹੀਂ ਚਾਹੁੰਦਾ ਕਿ ਬੰਗਾਲ ਲੀਡ ਕਰੇ, ਪੰਜਾਬ ਲੀਡ ਕਰੇ। ਵੈਰੀ ਗੁੱਡ, ਵੈਰੀ ਗੁੱਡ, ਦੈਟ ਇਜ਼ ਦ ਮੇਨ ਥਿੰਗ। ਇਹ ਸਾਰਿਆਂ ਨੂੰ ਸਾਨੂੰ ਪਤਾ ਅੱਜ ਜੇ ਕੁਛ ਹੋ ਰਿਹਾ ਉੱਥੇ। ਤੁਸੀਂ ਕਹਿੰਦੇ ਹੋ ਸ਼ਰਾਬ ਉੱਥੇ ਉੱਥੇ ਪੈਸੇ ਨਹੀਂ ਦਿੱਤੇ ਜਾਣਗੇ ਵੋਟਾਂ ਵੇਲੇ, ਪੈਸੇ ਵੀ ਦਿੱਤੇ ਜਾਣਗੇ, ਸ਼ਰਾਬ ਵੀ ਵੰਡੀ ਜਾਊਗੀ। ਅੱਛਾ, ਮੈਨੂੰ ਇਹ ਦੱਸੋ ਆਮ ਆਦਮੀ ਸਰਵਾਈਵ ਕਰੇਗੀ ਇਹਦੇ ਵਿੱਚ? ਹੁਣ ਆਮ ਆਦਮੀ ਪਾਰਟੀ ਸਰਵਾਈਵ ਲੋਕਾਂ ਨੇ ਕਰਵਾਉਣੀ ਆ, ਜਿਹੜਾ ਉੱਥੋਂ ਦਾ ਮਾਫੀਆ ਉਹ ਨਹੀਂ ਹੋਣ ਦੇਵੇਗਾ। ਨੋ ਵਾਈ? ਬਿਕੋਜ਼ ਉਹਨਾਂ ਦੇ ਐਡੇ ਐਡੇ ਜਗਾੜ ਫਿੱਟ ਕੀਤੇ, ਰਾਤੋ ਰਾਤ ਬੰਦ ਹੋ ਜਾਣਗੇ, ਉਹ ਕਿਸ ਤਰ੍ਹਾਂ ਟੋਲਰੇਟ ਕਰ ਲੈਣਗੇ? ਦੈਟ ਇਜ਼ ਦਾ ਮੇਨ ਥਿੰਗ। ਸਾਨੂੰ ਵੀ ਪਤਾ, ਤੁਹਾਨੂੰ ਵੀ ਪਤਾ, ਪੋਲੀਟਿਕਸ ਦੇ ਵਿੱਚ ਇਹ ਕਦੇ ਵੀ ਸਾਫ ਪਾਰਟੀ ਨੂੰ ਮੂਹਰੇ ਨਹੀਂ ਆਉਣ ਦੇਣਗੇ। ਬਲਜਿੰਦਰ ਸਿੱਧੂ, ਐਕਚੁਅਲੀ ਇੱਕ ਇਸ਼ੂ ਜਿਹੜਾ ਆਪਾਂ ਡਿਸਕਸ ਨਹੀਂ ਅਜੇ ਤੱਕ ਕੀਤਾ ਕਿ ਇਹ ਜਿਹੜਾ 18 ਪੁਆਇੰਟ ਸਿੱਧੂ ਲੈ ਕੇ ਆਇਆ, ਇਹ ਵੀ ਫੋਰਸ ਕੀਤਾ ਗਿਆ ਜਦੋਂ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਆਪਣਾ ਏਜੰਡਾ ਦਿੰਦਾ ਨਾ ਤੇ ਬਾਕੀਆਂ ਨੂੰ ਫਿਕਰ ਪੈ ਜਾਂਦਾ, ਉਹ ਸਾਰੇ ਹੁਣ ਉਹ ਕੰਪੀਟੀਸ਼ਨ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ। ਗੁੱਡ ਵਨ, ਕਿਆ ਬਾਤ, ਦੈਟਸ ਵਾਟ ਇਜ਼ ਹੈਪਨਿੰਗ, ਹੈਲਥੀ ਕੰਪੀਟੀਸ਼ਨ। ਹੁਣ ਤੁਸੀਂ ਹਰਭਜਨ ਸਮਰਾ। ਹਾਂਜੀ, ਇੱਕ ਕੰਮ ਦਾ ਜਿਹੜਾ, ਜੇ ਤੁਸੀਂ ਕਦੀ ਅਮਰਿੰਦਰ ਸਿੰਘ ਦੀ ਉਹ ਪੜੋ ਜਿੱਥੇ ਓਥ ਲੈ ਕੇ ਕਹਿ ਰਿਹਾ, ਉਹ ਕਹਿੰਦਾ ਬਈ ਜਿਹੜੀ ਆਮ ਆਦਮੀ ਪਾਰਟੀ ਆ, ਉਹ ਕਹਿੰਦੇ ਨਸ਼ਾ ਅਸੀਂ 4 ਮਹੀਨਿਆਂ ਚ ਖਤਮ ਕਰਾਂਗੇ, ਪਰ ਮੈਂ ਕਹਿੰਦਾ ਬਈ ਉਹ ਜਿਹੜਾ ਨਸ਼ਾ ਮੈਂ 4 ਵੀਕਾਂ ਚ ਖਤਮ ਕਰ ਦੂ। ਨੰਬਰ 2 ਤੇ
ਉਹ ਕਹਿੰਦਾ ਜਿਹੜੀ ਕਰਪਸ਼ਨ ਆ, ਜਿੱਦਾਂ ਮੈਂ ਵੀ ਪਹਿਲਾਂ ਇਹੀ ਕਹਿੰਦਾ ਰਿਹਾ ਆਪਣੇ ਡਿਸਕਸ਼ਨ 'ਚ, ਥਾਣਿਆਂ ਦੀ ਕਰਪਸ਼ਨ ਖਤਮ ਕਰ ਦਿਓ, ਅਦਾਲਤਾਂ ਦੀ ਖਤਮ ਕਰ ਦਿਓ, ਸੀਲਾਂ ਦੀ ਖਤਮ ਕਰ ਦਿਓ, ਫਿਰ ਜਿਹੜਾ ਵੋਟਰ ਆ ਉਹ ਇੰਡੀਪੈਂਡੈਂਟ ਆ, ਫਿਰ ਉਹ ਬੰਦੇ ਦੇਖ ਕੇ ਵੋਟਾਂ ਪਾਊਗਾ। ਹੁਣ ਇਸ ਵੇਲੇ ਜਿੰਨੀ ਉਹ ਤਿੰਨੇ ਹੀ ਚੀਜ਼ਾਂ ਉਹਨੇ ਸਪੈਸ਼ਲੀ ਮੈਂਸ਼ਨ ਕੀਤੀਆਂ ਹੋਈਆਂ ਜਦੋਂ ਉਹ ਕਸਮ ਖਾ ਰਿਹਾ। ਤੇ ਸਿੱਧੂ ਨੂੰ ਇੱਕ ਬਹੁਤ ਵਧੀਆ, ਜੇ ਸਿੱਧੂ ਕੈਪਟਨ ਵਾਲੇ ਵਾਅਦੇ ਪੂਰੇ ਲੈ ਲਵੇ, ਉਹ ਸੈਂਡ ਮਾਫੀਆ ਖਤਮ ਕਰ ਦੂਗਾ ਸਾਰਾ, ਉਹਨੇ ਕਿਹਾ। ਉਹਦੇ ਕੋਲ ਏਜੰਡਾ ਤੇ ਹੈਗਾ ਸਿੱਧੂ ਕੋਲ, ਪਰ ਹੁਣ ਉਹ ਏਜੰਡਾ ਉਹ ਲਾਗੂ ਕਰ ਦੇਵੇ ਜੇ ਕਿਤੇ। ਤੇ ਔਨ ਟਾਪ ਆਫ ਇਟ ਕੀ ਆ, ਸਾਨੂੰ ਤਾਂ ਵੀ ਬਸ ਕਿਸਾਨ ਯੂਨੀਅਨ ਤੇ ਮਜ਼ਦੂਰ ਯੂਨੀਅਨ ਜਿੰਦਾਬਾਦ, ਮੋਸਟ ਆਫ ਦੀ ਕੰਮ ਇਹ ਜਿਹੜਾ ਕਰਪਸ਼ਨ ਦਾ, ਕੋਰਟਾਂ ਦਾ, ਕਚਹਿਰੀਆਂ ਦਾ, ਅਦਾਲਤਾਂ ਦਾ, ਇਹ ਸਾਰਾ ਜਿਹੜਾ ਉਹ ਕਿਸਾਨ ਯੂਨੀਅਨ ਨੇ ਖਤਮ ਕਰਨਾ, ਕਿਉਂਕਿ ਉਹਨਾਂ ਨੂੰ ਤਕਲੀਫ ਆ। ਤੇ ਇਹਦੇ ਨਾਲ ਹੋ ਸਕਦਾ ਇਹਨਾਂ ਨੂੰ ਸਪੋਰਟ ਮਿਲ ਜਾਏ, ਜਿਹੜੇ ਸਿੱਧੂ ਨੂੰ ਸਪੋਰਟ ਮਿਲ ਜਾਏ ਉਹਨਾਂ ਦੀ, ਉਹ ਜਿੱਥੇ ਉਹ ਜਾਣ। ਹੁਣ ਤਾਂ ਅਸੀਂ ਅੱਗੇ ਵੀ ਉਹਨਾਂ ਲੋਕਾਂ ਨੂੰ ਵੀ ਸਲਾਹ ਦਿੰਦੇ ਰਹੇ ਹਾਂ, ਮੈਂ ਤਾਂ ਪਹਿਲਾਂ ਵੀ ਕਾਫੀ ਬੰਦਿਆਂ ਨੇ ਉਹ ਗੱਲ ਕੀਤੀ, ਜੇ ਕਿਸੇ ਥਾਣੇ 'ਚ ਨਜਾਇਜ਼ ਕੁੱਟਮਾਰ ਹੁੰਦੀ ਆ ਲੋਕਾਂ ਤੋਂ ਪੈਸੇ ਲੈਣ ਲਈ, 100-200-500 ਬੰਦਾ ਇਕੱਠਾ ਹੋ ਕੇ ਚਲੇ ਜਾਓ, ਯੂ ਕੈਨ ਸਟਾਪ ਇਟ। ਕਿਸੇ ਥਾਣੇ ਦੇ ਵਿੱਚ, ਕਿਸੇ ਅਦਾਲਤ ਦੇ ਵਿੱਚ ਗਲਤ ਹੋ ਰਿਹਾ, ਪੈਸੇ ਲੈ ਕੇ ਲੋਕਾਂ ਨੂੰ ਗਲਤ ਪੈਸੇ ਦੇ ਦਿੱਤੇ ਆ, 500-400 ਬੰਦਾ ਲੈ ਕੇ ਚਲੇ ਜਾਓ। ਕੋਲ ਜਿਹੜਾ ਹੈਗਾ ਉਹ ਆਈਫੋਨ ਆ, they don't need the AK-47, they don't need the arm to bring the revolution, they have the iPhone ਜਿਹੜਾ ਨਾ ਉਹ ਇਸ ਵੇਲੇ ਸਭ ਤੋਂ ਵੱਡਾ ਹਥਿਆਰ ਹੈ, and the people know how to use it and they are using it, and you will see how this process it's happening getting okay. ਜੋ ਸੰਧੂ ਜੀ ਤੇ ਗਰੇਵਾਲ ਸਾਹਿਬ, ਮੈਂ ਥੋੜੀ ਜਿਹੀ ਗੱਲਾਂ ਚਾਹੁੰਦਾ। ਕਰੋ ਕਰੋ। ਜਿੱਦਾਂ ਬਸ਼ੌਰਾ ਸਿੰਘ ਨੇ ਕਿਹਾ, ਚਰਨਜੀਤ ਸਿੰਘ ਨੇ ਕਿਹਾ, ਦੇਰ ਇਜ਼ ਏ ਪਾਸੀਬਿਲਿਟੀ। ਦੇਖੋ ਜੀ, ਇਹ ਅਜੇ ਇਲੈਕਸ਼ਨ ਆਈ ਨਹੀਂ, ਆਉਣੀ ਆ, ਪਰ ਐਟ ਦਿਸ ਟਾਈਮ ਇਹ ਲੱਗਦਾ ਵੀ ਸਿੱਧੂ ਇਜ਼ ਦ ਰਾਈਟ ਪਰਸਨ, ਆਲ ਅਦਰ ਪਾਰਟੀ ਯੂ ਹੈਵ ਫੇਲਡ। ਆਮ ਪਾਰਟੀ ਕੈਨ ਨਾਟ ਡੂ ਮਚ, ਐਂਡ ਬਾਦਲ ਹੈਵ ਡਨ ਅਨਫ ਡੈਮੇਜ, ਐਂਡ ਕੈਪਟਨ ਹੈਵ ਡਨ ਅਨਫ ਡੈਮੇਜ ਫਾਰ ਪੰਜਾਬ। ਪਰ ਉੱਥੇ ਰੈਵੋਲਿਊਸ਼ਨ ਆਉਣ ਤੋਂ ਪਹਿਲਾਂ ਨਾ ਇਹ ਚਾਹੀਦਾ ਵੀ ਉਹ ਨਾ ਕੋਈ ਜਿਹਨੂੰ ਰਾਜਾ ਛੱਡ ਜਾਵੇ ਆਪਣੀ ਭਲਵਾਨਸੀ ਨਾਲ, ਇੱਜ਼ਤ ਨਾਲ ਤੇ ਰਿਸਪੈਕਟ ਨਾਲ, ਇਹ ਹੋਣਾ ਚਾਹੀਦਾ। ਕਾਂਗਰਸ ਵਿਲ ਬੀ ਯੂਨਾਈਟਿਡ, ਸਮਝਦੇ? ਉਹ ਕਾਂਗਰਸ ਜੇ ਜਿੱਤ ਜਾਵੇ ਨਾ, ਮੇ ਬੀ ਸਿੱਧੂ ਕੈਨ ਡੂ ਟਨਸ ਆਫ ਥਿੰਗਸ। ਤੇ ਜੇ ਹੁਣ ਰਾਜਾ ਹੀ ਲੱਤਾਂ ਫਸਾਉਂਦਾ ਰਿਹਾ, ਉਹਨੇ ਤੇ ਫਿਰ ਜਿੱਤਣ ਦੇਣਾ ਨੀ ਕਾਂਗਰਸ ਨੂੰ। ਚਰਨਜੀਤ ਬਾਠ, ਜੇ ਤੁਸੀਂ ਰਿਕੁਐਸਟ ਕਰੋ, ਮੈਨੂੰ ਲੱਗਦਾ ਆਪਾਂ ਰਲ ਕੇ ਪਹਿਲਾਂ ਉਹਨਾਂ ਤੋਂ ਰਿਜਾਈਨ ਕਰਾਈ ਲੈਂਦੇ ਹਾਂ ਵੀ ਇਹ ਨਾ ਬਾਬਾ ਹੁਣ ਖੜਾ ਛੱਡ ਦੇ ਯਾਰ ਰਾਜਾ। ਹੈ ਆਪਾਂ ਨਾ ਜਾ ਕੇ ਰਾਜ ਕਰਨ ਲੱਗ ਜਾਂਦੇ। ਮੈਂ ਗਹਿਰੀ ਜੀ, ਜੋ ਸੰਧੂ ਜੀ ਦਾ ਜਵਾਬ ਦੇਣਾ ਚਾਹੁੰਦਾ ਕਰਪਸ਼ਨ ਬਾਰੇ। ਕਰਪਸ਼ਨ ਜਿਹੜਾ ਐਬਸੋਲੂਟ ਵਰਡ ਨਹੀਂ ਹੈ, ਕਰਪਸ਼ਨ ਐਬਸੋਲੂਟਲੀ ਦੁਨੀਆਂ ਚ ਖਤਮ ਹੀ ਨਹੀਂ ਹੋ ਸਕਦੀ। ਕਰਪਸ਼ਨ ਘਟਾ ਸਕਦੇ ਹੋ ਤੁਸੀਂ, ਬੈਟਰ ਗਵਰਨੈਂਸ ਕਰ ਸਕਦੇ ਹੋ। ਸੋ ਆਪਾਂ ਨੇ ਵਰਸਟ ਸਿਚੁਏਸ਼ਨ ਤੋਂ ਬੈਟਰ ਸਿਚੁਏਸ਼ਨ ਜਾਣਾ। ਕਰਪਸ਼ਨ ਦੇਖੋ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਮੈਂ ਤਹਿਸੀਲ ਚ ਗਿਆ, ਇੱਕ ਐਗਜ਼ਾਮਪਲ। ਬਿਨੋ ਜੀ ਪਤਾ ਕੀ ਹਾਲਾ, ਲੰਬਾ ਲੈ ਜਾ, ਮੈਨੂੰ ਪਤਾ ਤੁਸੀਂ ਬਹੁਤ ਨੌਲੇਜ ਆ, ਮੈਨੂੰ ਪਤਾ, ਮੇਰੀ ਗੱਲ ਸੁਣੋ ਆਪਾਂ। ਲੈਟ ਮੀ ਕੀਪ ਇਨ ਦੈਟ ਹੀਅਰ, ਮੈਂ ਇਹ ਕੋਸ਼ਿਸ਼ ਕਰ ਰਿਹਾ, ਮੈਂ ਤੁਹਾਨੂੰ ਬਿਨੋ ਜੀ ਤੁਹਾਡੇ ਨਾਲ ਡਿਸਕਸ਼ਨ ਕਰਕੇ ਬੋਲਦਾ ਰਹਿਣਾ ਇੱਥੇ ਕਦੇ ਕਦੇ, ਤੁਸੀਂ ਮੈਨੂੰ ਬਹੁਤ ਐਜੂਕੇਟ ਕਰਦੇ ਹੋ ਕਿ ਇਹਨੇ ਦੋ ਵਾਰੀ ਕਾਲ ਆਉਂਦੀ ਆ ਮੈਨੂੰ ਰੋਜ਼ ਦਿਨ ਦੇ ਵਿੱਚ। ਸੁਣੋ ਬਿਨੋ ਜੀ, ਬਿਨੋ ਜੀ ਨੇ ਮੈਨੂੰ ਵੀ ਸਵੇਰੇ ਵੀ ਗੱਲ ਕੀਤੀ ਸੀ ਕਿ ਅਗਰ ਸਿੱਧੂ ਰੈਵਨਿਊ ਜਨਰੇਟ ਕਰ ਦੇਵੇ, ਚਾਹੇ ਜਿਵੇਂ ਮਰਜ਼ੀ ਕਰੇ, ਡੰਡਾ ਲੈ ਕਰੇ, ਰੌਲਾ ਪਾਏ ਕਰੇ, ਮਤਲਬ ਸਾਰੇ ਨਾਲ ਹੋਣਗੇ, ਰੈਵਨਿਊ ਜਨਰੇਟ ਕਰ ਦੇਵੇ ਸ਼ਹਿਰਾਂ ਦੇ ਵਿੱਚ, ਜਿਵੇਂ ਮੈਨੂੰ ਪਹਿਲਾਂ ਵੀ ਕੋਸ਼ਿਸ਼ ਕੀਤੀ ਆ, ਮੈਨੂੰ ਲੱਗਦਾ ਨਾ ਸਿਸਟਮ ਚੇਂਜ ਹੋ ਜਾਏਗਾ। ਹੁਣ ਬਾਕੀ ਤੁਸੀਂ ਸਾਰੀਆਂ ਚੀਜ਼ਾਂ ਨਹੀਂ ਭਾਲ ਸਕਦੇ ਉਹ ਤੋਂ ਵਿਚਾਰੇ ਤੋਂ। ਤੇ ਜੋ ਸੰਧੂ ਜੀ ਨੇ ਕਿਹਾ ਵੀ ਰਾਜਾ ਜੀ ਨੂੰ ਉਹ ਨਹੀਂ ਛੱਡਣਗੇ ਕਿਉਂਕਿ ਉਹਨਾਂ ਦਾ ਆਪਣੀ ਪਰਸਨੈਲਿਟੀ ਆ, ਫੌਜੀ ਆ ਨਾ, ਜੱਟ ਵਾਲਾ ਕੰਮ ਉਹਦਾ। ਅੱਛਾ, ਬਾਕੀ ਰਹਿ ਗਿਆ ਆਪਣੇ ਚਰਨਜੀਤ ਗਰੇਵਾਲ ਜੀ ਨੇ, ਇਹ ਬਹੁਤ ਇਹ ਵੀ ਚਾਹੁੰਦੇ ਆ ਕਿ ਆਮ ਪਾਰਟੀ ਨੇ ਬਹੁਤ ਵਧੀਆ ਕੰਮ ਕੀਤਾ, ਇਹ ਉਹਨਾਂ ਨਾਲ ਅਟੈਚ ਨੇ, ਮੈਨੂੰ ਪਤਾ, ਬੜੇ ਪਿਆਰ ਕਰਦੇ ਆ, ਪਰ ਇਹ ਚੰਗਾ ਚਾਹੁੰਦੇ ਆ ਕੋਈ ਵੀ ਆਵੇ। ਇਹ ਕਹਿੰਦੇ ਸਿੱਧੂ ਵੀ ਆ ਜਾਵੇ ਤਾਂ ਕੋਈ ਗੱਲ ਨੀ, ਚੰਗਾ ਕੰਮ ਕਰ ਜਾਵੇ, ਪਰ ਜੋ ਆਮ ਪਾਰਟੀ ਨੇ ਮਾਡਲ ਬਣਾ ਤਾ ਨਿਊ ਡੇਲੀ ਦੇ ਵਿੱਚ,
ਮੈਨੂੰ ਕੋਈ ਬੰਦਾ ਇਹੋ ਜਿਹਾ ਨਹੀਂ ਮਿਲਿਆ ਹੈਗਾ ਜਿਹੜੇ ਮੈਜੋਰਟੀ ਆਫ ਦਾ ਪੀਪਲ ਦੇ ਸੈਡ ਦੇ ਹੀ ਡੂ ਗ੍ਰੇਟ ਜੋਬ ਦਿਆ ਪੰਜਾਬ ਦੇ ਵਿੱਚ ਜੇ ਇਹ ਆ ਜਾਵੇ ਮੈਨੂੰ ਲੱਗਦਾ ਫਿਰ ਹੌਲੀ ਹੌਲੀ ਇਹ ਫਿਰ ਲਾਈਕ ਮਾਈਂਡਡ ਬੰਦੇ ਇਕੱਠੇ ਹੋ ਜਾਣਗੇ ਠੀਕ ਹੈ ਨਹੀਂ ਬਾਕੀ ਅਮਰੀਕ ਸਿੱਧੂ ਜੀ ਤੁਸੀਂ ਬੜਾ ਕੁਛ ਸੁਣ ਲਿਆ ਹੁਣ ਇੱਕ ਮਿੰਟ ਲਾ ਦਿਓ ਵਿੱਚ ਕਰਕੇ ਆਏ ਬੈਠੇ ਹਾਂਜੀ ਹਾਂਜੀ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਪਹਿਲਾਂ ਮੈਂ ਅਪੋਲੋਜਾਈਜ਼ ਕਰਦਾ ਕਿ ਮੈਂ ਲੇਟ ਹੋ ਗਿਆ ਫਿਰ ਮੈਨੂੰ ਕੰਪਿਊਟਰ ਆਪਣਾ ਰੀਬੂਟ ਕਰਨਾ ਪਿਆ ਆਡੀਓ ਵੀਡੀਓ ਚੱਲਦਾ ਨਹੀਂ ਸੀ ਚੰਗੀ ਚੀਜ਼ ਆ ਪਰ ਨਾਲ ਹੀ ਤੁਸੀਂ ਇਹ ਕਹਿੰਦੇ ਆ ਕਿ ਜਿਹੜਾ ਮਾਫੀਆ ਉਹਨਾਂ ਦੇ ਨਾਲ ਜੁੜਿਆ ਹੋਇਆ ਉਹ ਤਾਂ ਨਹੀਂ ਛੱਡਣ ਲੱਗਾ ਤੇ ਜੇ ਅਮਰਿੰਦਰ ਸਿੰਘ ਛੱਡ ਵੀ ਗਿਆ ਤਾਂ ਕੀ ਫਰਕ ਪੈਣਾ ਬਾਕੀ ਮਾਫੀਆ ਤਾਂ ਉੱਥੇ ਹੀ ਆ ਸਾਰੇ ਦਾ ਸਾਰਾ ਹੈ ਨਾ ਦੇਖੋ ਤੁਸੀਂ 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 ਦੋਨੋਂ ਚੀਜ਼ਾਂ ਕਹਿ ਰਹੇ ਹੋ ਸੇਮ ਟਾਈਮ ਤੇ ਅਮਰਿੰਦਰ ਸਿੰਘ ਛੱਡ ਜਾਵੇ ਕਹਿੰਦੇ ਅਮਰਿੰਦਰ ਸਿੰਘ ਛੱਡਣ ਨਾਲ ਫਰਕ ਕੋਈ ਨੀ ਪੈਣਾ ਤਾਂ ਫਿਰ ਅਮਰਿੰਦਰ ਸਿੰਘ ਛੱਡੇ ਨਾ ਛੱਡੇ ਕੀ ਫਰਕ ਪੈਂਦਾ ਦੂਸਰੀ ਚੀਜ਼ ਇਹ ਆ ਕਿ ਤੁਸੀਂ ਨਾਲ ਹੀ ਇਹ ਦੱਸਿਆ ਨਾਟ ਮੈਂ ਨਹੀਂ ਤੁਸੀਂ ਦੱਸਿਆ ਕਿ ਜਿਹੜਾ ਸਿੱਧੂ ਇਹਨੂੰ ਬਿਜਲੀ ਦਾ ਮਹਿਕਮਾ ਦਿੱਤਾ ਇਹ ਕਿਉਂ ਨੀ ਰੱਖਿਆ ਇਹਨੇ ਕਹਿੰਦਾ ਇਹਦੀ ਚੱਲਣ ਹੀ ਨੀ ਦਿੰਦੇ ਉਹ ਜੇ ਇਹਦੀ ਚੱਲਣ ਹੀ ਨੀ ਦਿੰਦੇ ਤਾਂ ਹੁਣ ਗਾਂ ਕਿਹੜੀ ਚੱਲਣ ਦੇਣਗੇ ਇਹਦੀ ਦੇਰ ਇਜ਼ ਨੋ ਹੋਪ ਸੋਈ ਮੈਂ ਨਹੀਂ ਕਹਿੰਦਾ ਤੁਸੀਂ ਕਿਹਾ ਇਹ ਸੋਈ ਮੈਨੂੰ ਲੱਗਦਾ ਕਿ ਜਿੰਨਾ ਚਿਕਰ ਇਸ ਪੋਸੀਬਿਲਿਟੀ ਜਿੰਨਾ ਚਿਕਰ ਟੋਟਲ ਚੇਂਜ ਨਹੀਂ ਆਉਂਦੀ ਅਕਾਲੀ ਵੀ ਤੇ ਕਾਂਗਰਸ ਵੀ ਤੇ ਬੀਜੇਪੀ ਇਹ ਜਿੰਨਾ ਚਿਕਰ ਟੋਟਲੀ ਨਹੀਂ ਇਰਾਡੀਕੇਟ ਕੀਤੇ ਜਾਂਦੇ ਹਨਾ ਓਨਾ ਚਿਕਰ ਮੈਨੂੰ ਨੀ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਜਾਂ ਹਿੰਦੁਸਤਾਨ ਦੇ ਵਿੱਚ ਸੁਧਾਰ ਆ ਜਾਵੇ ਕਿਉਂਕਿ ਇੱਕ ਤਾਂ ਚੀਜ਼ ਇਹ ਆ ਕਿ ਤੁਸੀਂ ਕਹਿੰਦੇ ਵੋਟਾਂ ਵਿਕਣੀਆਂ ਨੇ ਜਾਂ ਅਫਕੋਰਸ ਦੇ ਵਿਕਣਗੀਆਂ ਵੋਟਾਂ ਵਿਕਣਗੀਆਂ ਸ਼ਰਾਬ ਤੇ ਵੀ ਵਿਕਣਗੀਆਂ ਪੈਸਿਆਂ ਤੇ ਵੀ ਵਿਕਣਗੀਆਂ ਇੱਥੇ ਕੈਲੀਫੋਰਨੀਆ ਚ ਵਿਕ ਰਹੀਆਂ ਆ ਹੁਣ ਆ ਨਿਊਸਮ ਨੇ ਕੀ ਕੀਤਾ ਹੋਇਆ ਪੈਸੇ ਦੇ ਰਿਹਾ ਸਾਰਿਆਂ ਨੂੰ ਕੋਈ ਸਾਨੂੰ ਪੰਜਾਬ ਦੀ ਜਿਹੜੀ ਜਿਹੜੀ ਜਾਂ ਇੰਡੀਆ ਦੀ ਜਿਹੜੀ ਸਿਚੁਏਸ਼ਨ ਆ ਨਾ ਉਹ ਪਰਸਨੈਲਿਟੀ ਤੇ ਡਿਪੈਂਡ ਕਰਦੀ ਜੋ ਮਰਜ਼ੀ ਬਿਆਨ ਦੇ ਕੇ ਸਿੱਧੂ ਬਣ ਜਾਵੇ ਉਹਦੇ ਕੋਲੇ ਉਸ ਸਿਸਟਮ ਨੂੰ ਚੇਂਜ ਕਰਨ ਦੀ ਕੋਈ ਅਥਾਰਿਟੀ ਜਾਂ ਨਹੀਂ ਹੋਣੀ ਨਹੀਂ I disagree a little bit. No, you will have to follow the command, high command. As you say, high command, I wish him well. Gary Ji, Sidhu Sahib, but I see no hope. Sidhu Sahib, I want to ask you a question. ਮਾਫੀਆ ਜਿਹੜਾ ਨਾ ਆਪਾਂ ਨੂੰ ਉਹਦੀ ਪਰਿਭਾਸ਼ਾ ਵੀ ਜਾਣਨੀ ਪੈਗੀ ਕਿ ਮਾਫੀਆ ਕੌਣ ਆ ਤੇ ਮਾਫੀਆ ਕਿਵੇਂ ਬਣਦਾ ਮਾਫੀਆ ਜਿਹੜਾ ਉਸ ਪੁਸ਼ਤਪਨਾਈ ਤੋਂ ਬਗੈਰ ਨਹੀਂ ਬਣਦਾ ਮਾਫੀਆ ਜੇ ਪੁਸ਼ਤਪਨਾਈ ਹਟ ਜਾਵੇ ਮਾਫੀਆ ਆਟੋਮੈਟਿਕਲੀ ਜਿਹੜਾ ਨਾ ਮਾਫੀਆ ਦੀ ਜੜ੍ਹਾਂ ਨਹੀਂ ਹੁੰਦੀਆਂ ਮਾਫੀਆ ਉੱਤੋਂ ਇਹਦੇ ਪੱਤੇ ਹੁੰਦੇ ਆ ਇਹ ਉੱਪਰੋਂ ਥੱਲੇ ਨੂੰ ਆਉਂਦਾ ਜੇ ਉਹ ਕਹਿੰਦੇ ਆ ਨਾ ਉਹ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਤੇ ਉਹ ਹੋਰ ਨਾ ਜਾਂਦਾ ਜੇ ਮਤਲਬ ਜਿਹੜਾ ਜਿੱਥੇ ਪੁਸ਼ਤਪਨਾਈ ਮਿਲਦੀ ਆ ਉਹਨੂੰ ਜੇ ਤੁਸੀਂ ਹਟਾ ਦਿਓ ਤਾਂ ਮਾਫੀਆ ਵਿਲ ਆਟੋਮੈਟਿਕਲੀ ਗੋ ਪੰਜਾਬ ਦੀ ਹਾਈ ਕਮਾਂਡ ਹੈ ਹੀ ਨਹੀਂ ਹਾਈ ਕਮਾਂਡ ਇਸ ਸੋਨੀਆ ਗਾਂਧੀ ਸੋਨੀਆ ਗਾਂਧੀ ਮਾਈਨਿੰਗ ਥੋੜਾ ਕਰਵਾ ਰਹੀ ਹੈ ਸੋਨੀਆ ਗਾਂਧੀ ਇੱਥੇ ਟਰਾਂਸਪੋਰਟ ਮਾਫੀਆ ਥੋੜਾ ਚਲਾ ਰਹੀ ਹੈ ਬਿਜਲੀ ਦੀ ਗੱਲ ਕੀਤੀ ਨਾ ਵੀ ਸਿੱਧੂ ਨੇ ਕੁਛ ਨੀ ਕੀਤਾ ਦੇਖੋ ਜਿਹੜਾ ਚੀਫ ਮਿਨਿਸਟਰ ਹੁੰਦਾ ਨਾ ਚੀਫ ਮਿਨਿਸਟਰ ਜੇ ਤੁਸੀਂ ਮਿਨਿਸਟਰ ਹੋ ਤੁਹਾਡੀ ਕੋਈ ਵੈਲਿਊ ਨੀ ਤੁਸੀਂ ਕੀ ਸੈਕਟਰ ਚੀਫ ਮਿਨਿਸਟਰ ਆਲ ਪਾਵਰਫੁਲ ਇਨ ਇੰਡੀਆ ਤੁਸੀਂ ਸੈਕਟਰ ਨੂੰ ਹਟਾ ਸਕਦੇ ਹੋ ਸੋ ਸੋ ਤੁਹਾਨੂੰ ਪਾਵਰ ਫਸਟ ਤਾਂ ਹੈ ਕਿ ਕੇਜਰੀਵਾਲ ਦਿੱਲੀ ਆਇਆ ਪੰਜਾਬ ਦੇ ਹਾਈ ਕਮਾਂਡ ਚੀਫ ਮਿਨਿਸਟਰ ਹੀ ਆ ਦਿੱਲੀ ਦੇ ਹਾਈ ਕਮਾਂਡ ਉਹ ਹੀ ਆ ਕੇਜਰੀਵਾਲ ਬੜਾ ਕੁਝ ਕਰ ਸਕਦੇ ਹੋ ਅੱਛਾ ਪਸ਼ੌਰਾ ਸਿੰਘ ਜੀ ਇਹਦੀ ਕੋਈ ਝਗੜੇ ਵਾਲੀ ਗੱਲ ਨਹੀਂ ਜਦੋਂ ਜੇ ਉਹ ਕੱਲ ਨੂੰ ਸੀਐਮ ਬਣ ਜਾਂਦਾ ਐਵਰੀਥਿੰਗ ਵਿਲ ਬੀ ਚੇਂਜ ਵਿਦ ਇਨ 2 ਮੰਥ 3 ਮੰਥ ਮਾਫੀਆ ਵੀ ਖਤਮ ਦੁਆ ਵੀ ਖਤਮ ਸਾਰਾ ਚਰਨਜੀਤ
ਫਾਈਨਲ ਇੱਕ ਮਿੰਟ ਚ ਬੋਲ ਹੁਣ ਤੂੰ ਗੱਲ ਇਹ ਹੈਗੀ ਆ ਚੁੱਪ ਕਰਕੇ ਨੀ ਬੈਠਣਾ ਹੈਗਾ ਕਾਲੀਆਂ ਦੀ ਕਰਦਾ ਮੈਨੂੰ ਪਤਾ ਉੱਪਰ ਨੂੰ ਹੋਇਆ ਥੋੜਾ ਜਿਹਾ ਕੁਰਸੀ ਨੂੰ ਉੱਪਰ ਅੱਛਾ ਗੱਲ ਸੁਣ ਗੱਲ ਹਾਂ ਬੋਲ 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 ਇਹ ਦਿਨ ਵੇਖ ਤੈਨੂੰ ਸਾਰਾ ਕੁਛ ਇਕੱਠਾ ਹੀ ਚੱਲਦਾ ਰਹਿਣਾ ਇਹ ਪਤਾ ਨੀ ਕਿਵੇਂ ਇੱਕ ਮਿੰਟ ਨੀ ਸਾਫ਼ ਹੋਣਾ ਅੱਛਾ ਤੇ ਜਿਹੜੀ ਕਾਂਗਰਸ ਪਾਰਟੀ ਹੈ ਨਾ ਇਹ ਨੈਸ਼ਨਲ ਪਾਰਟੀ ਹੈ ਅਕਾਲੀ ਛੋਟੀ ਪਾਰਟੀ ਹੈ ਦੂਜੇ ਆਮ ਆਦਮੀ ਵਾਲੇ ਛੋਟੀ ਪਾਰਟੀ ਹੈ ਹਲੇ ਹਾਂ ਇਸ ਕਰਕੇ ਜਿਹੜਾ ਨਾ ਜਿਹੜੀ ਵੱਡੀ ਹੈ ਇਹਦੇ ਕੁਛ ਥੋੜੇ ਜਿਹੇ ਚਾਂਸਿਸ ਜ਼ਿਆਦਾ ਪਰ ਜੇ ਇਹਨੂੰ ਸਮਾਜ ਨੂੰ ਇਹਨੂੰ ਕੱਢਣ ਵਾਸਤੇ ਬਹੁਤ ਟਾਈਮ ਚਾਹੀਦਾ ਇੱਕ ਓਵਰ ਨਾਈਟ ਨੀ ਹੁਣ ਆਪਾਂ ਕਹਿੰਦੀਆਂ ਗੁਟਕੇ ਦੀਆਂ ਸੌਂ ਖਾਈ ਜਾਓ ਜਾਂ ਕਹਿ ਸਕਦੀਆਂ ਵੀ ਸਿੱਧੂ ਕੁਛ ਵੀ ਕਰ ਲਵੇ ਬਹੁਤ ਟਾਈਮ ਲੱਗੂ ਟਾਈਮ ਲੱਗੂਗਾ ਪਰ ਬਿਸਮਿਲ੍ਲਾ ਕਿਤੋਂ ਸਟਾਰਟ ਤੇ ਹੋਣੀ ਚਾਹੀਦੀ ਹੈ ਨਾ ਇਸ ਇਸ ਹਵਾਲੇ ਨੂੰ ਇਸ ਹਵਾਲੇ ਨੂੰ ਗੰਗਾ ਨੇ ਬਿਸਮਿਲ੍ਲਾ ਇਹਦਾ ਪਿਸ਼ੌਰਾ ਸੀ ਤੂੰ ਹੀ ਜਾ ਕੇ ਹਟਾਵੇਂਗਾ ਆਪੇ ਜਾਣਾ ਪਊਗਾ ਆਪਾਂ ਚੰਦ ਜੀ ਠੀਕ ਆ ਜੇ ਉਹ ਕੱਲ ਨੂੰ ਸੀਐਮ ਬਣ ਜਾਂਦਾ ਪਿਸ਼ੌਰਾ ਸਿੰਘ ਜੀ ਹੋਪ ਸੀਐਮ ਬਣ ਜਾਂਦਾ ਹਰਭਜਨ ਸਮਰਾ ਮੈਨੂੰ ਲੱਗਦਾ ਤੁਸੀਂ ਚੰਦ ਜੀ ਦੀ ਹੈਲਪ ਕਰੋਗੇ ਉੱਥੇ ਫਾਰਮ ਦੇ ਵਿੱਚ ਮੈਂ ਵੀ ਨਾਲ ਹੀ ਚੱਲੂਗਾ ਆਪਾਂ ਉਹਨਾਂ ਦੀ ਹੈਲਪ ਕਰ ਦਈਏ ਫਿਰ ਜੇ ਸੀਐਮ ਬਣ ਜਾਵੇ ਉਹ ਅਸੀਂ ਤਾਂ ਪੰਜਾਬ ਨਾਲ ਪੰਜਾਬ ਨਾਲ ਨਾ ਕੇ ਰਾਜੇ ਨਾਲ ਇਹ ਗਰੰਟੀ ਰਹੀ ਆ ਉਹ ਚੀਫ ਮਿਨਿਸਟਰ ਬਣ ਗਿਆ ਨਾ ਮੈਨੂੰ ਲੱਗਦਾ ਆਪਣੇ ਗਰੁੱਪ ਦੇ 25 ਬੰਦੇ ਆਪਾਂ ਜਾ ਕੇ ਉੱਥੇ ਰਹਿਣਾ ਹੀ ਰਹਿਣਾ ਫਿਰ ਗੈਰੀ ਜੀ ਉਹ ਤਾਂ ਗੈਰੀ ਜੀ ਬਣਾਉਣ ਵਾਸਤੇ ਗੈਰੀ ਜੀ ਨੂੰ ਕੁਐਸਚਨ ਹੈ ਗੈਰੀ ਜੀ ਨੂੰ ਚਾਹੁੰਦੇ ਆ ਗੈਰੀ ਜੀ ਇਹ ਆਲਮੋਸਟ ਡਿਸਾਈਡਡ ਹੈ ਕਿ ਉਹ ਚੀਫ ਮਿਨਿਸਟਰ ਬਣ ਗਿਆ ਹਾਈ ਕਮਾਂਡ ਨੇ ਡਿਸਾਈਡ ਕਰ ਲਿਆ ਹੈ ਹਾਂ ਐਮਐਲਏ ਆਪਣੀ ਸ਼ਿਫਟ ਕਰ ਗਏ ਨੇ ਹਾਂ ਪੰਜਾਬ ਔਨ ਵੇ ਫਾਰਵਰਡ ਹੈ ਹਾਂ ਕਾਂਗਰਸ ਦਾ ਕੇਰਲਾ ਚ ਕੀ ਹਾਲਾਤ ਹੋਏ ਨੇ ਕਾਂਗਰਸ ਦੇ ਕੇਰਲਾ ਇਫ ਯੂ ਸੀ ਦੀ ਕੇਰਲਾ ਕਾਂਗਰਸ ਕਾਂਗਰਸ ਸੈਕਿੰਡ ਟਾਈਮ ਹਰ ਬੈਡਲੀ ਹਰੀ ਹੈ ਤੋ ਨੈਸ਼ਨਲ ਲੀਡਰਸ਼ਿਪ ਆਫ ਕਾਂਗਰਸ ਵੀ ਇੰਟਰਸਟਿਡ ਹੈ ਤੇ ਅਸੀਂ ਆਪਣੀ ਜੜਾਂ ਬਣਾਉਣ ਵਾਸਤੇ ਪੰਜਾਬ ਨੂੰ ਮੂਵ ਫਾਰਵਰਡ ਕਰੀਏ ਵੈਰੀ ਗੁੱਡ ਔਰ ਸਿੱਧੂ ਗੈਰੀ ਜੀ ਕੁਐਸਚਨ ਪਰਸਨ ਕੈਨ ਆ ਸੇ ਸਮ ਕੁਐਸਚਨ ਤੁਹਾਡੇ ਤੇ ਇੱਕ ਹੈਗਾ ਹਾਂ ਓਕੇ ਚੰਦ ਜੀ ਤਾਂ ਗਰੇਵਾਲ ਚੋ ਜੀ ਹਾਂਜੀ ਦੇਖੋ ਮੈਂ ਕੋਈ ਸਿੱਧੂ ਦੇ ਵਰਖਲਾਫ ਨਹੀਂ ਹੈਗਾ ਮੈਂ ਪੰਜਾਬ ਨੂੰ ਚਾਹੁੰਦਾ ਕਿ ਪੰਜਾਬ ਦੇ ਵਿੱਚ ਕੋਈ ਜਿਹੜੀ ਪਾਰਟੀ ਆਵੇ ਵਧੀਆ ਆਵੇ ਤੇ ਪੰਜਾਬ ਵਾਸਤੇ ਕੰਮ ਕਰੇ ਤੇ ਅਸੀਂ ਐਗਜ਼ਾਮਪਲ ਬਣਾ ਕੇ ਗਾਹਾਂ ਦੂਜੀਆਂ ਸਟੇਟਾਂ ਦੇ ਵਿੱਚ ਜਾਈਏ ਜਿਹੜੀ ਕਾਂਗਰਸ ਦੇ ਰੂਟਸ ਨੇ ਉਹ ਸਾਰੀਆਂ ਸਟੇਟਾਂ ਦੇ ਵਿੱਚ ਨੇ ਜੇ ਇਹ ਆਪਦਾ ਇੱਥੇ ਕੰਮ ਕਰਨ ਲੱਗ ਗਏ ਵਧੀਆ ਇਹਨਾਂ ਦਾ ਬਿਜ਼ਨਸ ਦੂਜੇ ਪਾਸੇ ਆ ਉਹ ਨੂੰ ਕਿਸ ਤਰ੍ਹਾਂ ਇਹ ਇੱਕ ਪਾਸੇ ਓਨੈਸਟ ਨਾਲ ਇਮਾਨਦਾਰੀ ਨਾਲ ਕੰਮ ਕਰਨਗੇ ਤੇ ਦੂਜੇ ਪਾਸੇ ਕਰਪਸ਼ਨ ਦੇ ਦੂਜੀਆਂ ਸਟੇਟਾਂ ਵਿੱਚ ਕੰਮ ਕਰਨਗੇ ਕਿਸ ਤਰ੍ਹਾਂ ਇਹ ਇੱਕ ਦੂਜੇ ਨਾਲ ਭਾਈਮੰਦੀ ਕਰ ਲੈਣਗੇ ਇਹ ਤਾਂ ਚੇਂਜ ਕਰਨੀ ਪੈਣੀ ਆ ਯੂ ਕਾਂਟ ਟਰਸਟ ਦਿਸ ਪੀਪਲ ਇਹ ਤੁਹਾਨੂੰ ਖਾਨ ਤੁਹਾਡੇ ਧੂਆਂ ਪਾ ਰਹੇ ਨੇ ਤੁਹਾਡੇ ਮੈਂ ਤੈਨੂੰ ਐਗਰੀ ਕਰਦਾ ਗਰੇਵਾਲ ਗੱਲ ਸੁਣੋ ਦਿੱਲੀ ਦੇ ਵਿੱਚ ਮੇਰੀ ਗੱਲ ਸੁਣੋ ਅਸੀਂ ਹੈਲਪ ਕਰਦੇ ਤੇਰੇ ਕੇਜਰੀਵਾਲ ਦੀ ਕੀਪ ਇਨ ਮਾਈਂਡ ਯੂ ਹੈਵ ਟੂ ਹੈਲਪ ਨਾਓ ਓਕੇ ਜੋ ਸੰਧੂ ਨੂੰ ਦਿਓ ਜੀ ਦੇਖੋ ਜਦੋਂ ਤੱਕ ਆਪਾਂ ਕਿਸੇ ਵੀ ਪਾਰਟੀ ਲਈ ਪੋਜ਼ਿਟਿਵ ਗੱਲ ਨਹੀਂ ਕਰਾਂਗੇ ਨਾ ਪੰਜਾਬ ਦਾ ਸੁਧਾਰ ਤਾਂ ਕਦੇ ਹੋ ਹੀ ਨਹੀਂ ਸਕਦਾ ਜੇ ਹੁਣ ਇਹ ਬੰਦੇ ਨੇ ਸੋਨੀਆ ਨੇ ਇਹਨੂੰ ਨਵਜੋਤ ਸਿੱਧੂ ਨੂੰ ਚੁਣਿਆ ਉਹਨੇ ਕੁਝ ਸੋਚ ਕੇ ਚੁਣਿਆ ਹੋਊ ਕਿਉਂਕਿ ਇਹ ਬੰਦੇ ਦੋਵੇਂ ਬੜੇ ਕੁਆਲੀਫਾਈਡ ਆ ਹਸਬੈਂਡ ਵਾਈਫ ਜੇ ਇਹਨਾਂ ਨੂੰ ਪੂਰੀ ਸਪੋਰਟ ਮਿਲ ਜਾਵੇ ਸ਼ਾਇਦ ਚੇਂਜ ਮੇ ਹੈਲਪ ਜਿਹੜਾ ਸੈਂਟਰ ਨੇ ਕੰਮ ਕੀਤਾ ਕਾਂਗਰਸ ਦਾ ਅੱਛੇ ਲਈ ਕੀਤਾ ਹੈਗਾ ਪੰਜਾਬ ਲਈ ਕੁਛ ਬਿਕੋਜ਼ ਕਾਂਗਰਸ ਵਰਚੁਅਲੀ ਖਤਮ ਹੋ ਗਿਆ ਯੂਪੀ ਦਾ ਇਹ ਕਹਿ ਰਹੇ ਕਾਂਗਰਸ ਹੀ ਹੈਗੀ ਮੈਂ ਕਿਹਾ ਕਾਂਗਰਸ ਦੀ ਹਿਸਟੋਰਿਕ ਰਿਸਪੋਂਸਿਬਿਲਟੀ ਹੈ ਟੂ ਅਪਗ੍ਰੇਡ ਪੰਜਾਬ ਟੂ ਮੂਵ ਪੰਜਾਬ ਅਦਰਵਾਈਜ਼ ਕਾਂਗਰਸ ਹੋਰ ਖਤਮ ਹੋ ਜਾਏਗੀ ਫਿਨਿਸ਼ ਹੋ ਗਈ ਓਕੇ ਓਕੇ ਬਲਜੀਤ ਜੀ 15 ਸੈਕਿੰਡ ਚ ਖਤਮ ਕਰ ਦਿਓ ਪਲੀਜ਼
हाँ जी, कांग्रेस का एक चीज मैं थोड़ी जी ओदे वास्ते कहना चाहती सी, जेड़ा पहला क्वेश्चन आया सी कि जेड़ी आम पार्टी हैगी है ओदा छोटा परिवार है, जिहड़ी कांग्रेस हैगी है ते जेड़ा अकाली दल है उन्हां दा वड्डा परिवार है, जदों परिवार वड्डा हुंदा है ओदे च करप्शन दे चांसेस ज्यादा हुंदे आ, ओदे च करप्ट बंदे ज्यादा हुंदे आ। सो कांग्रेस नूं जे असीं कहीए कि सारी पार्टी क्लीन कर लैणगे, नहीं कर होणी, क्योंकि पिछले 70 सालां तों जिहड़े बंदे बैठे होए आ जगह जगह दे उत्ते ओह करप्ट बंदे हैगे, ओह क्लीन नहीं कीते जा सकदे ते ना ओह छड्डणगे पार्टी नूं। सेम थिंग विद अकाली हैगे आ, ते आम पार्टी क्योंकि छोटी पार्टी सीगी उन्हां वास्ते क्लीन बंदे पिक करने, कैंडिडेट पिक करने ते उन्हां नूं एजेंडा दे के, जे मैं मतलब समझदी हाँ कि केजरीवाल साहब ने बहुत ही सोहनी एक गवर्नमेंट दिती है, एक एग्जाम्पल दिती है जिन्हों ये अंदरों खाती सारे ही फॉलो कर रहे हैं, बीजेपी भी उन्हें फॉलो कर रही है, कांग्रेस भी कर रही है, उधर कुछ ना कुछ किसानों की तरह उधर इम्पैक्ट होया ही होया। ओके बजिंदर जी प्लीज। देखो जी, एक कांग्रेस पार्टी ला लो चाहे अकाली पार्टी ला लो, इन्हां दे विच हिलचुल थोड़ी तां क्योंकि केजरीवाल का डर है इन्हां नूं, केजरीवाल ने जिहड़ी पॉलिसी कीतियां डिक्लेयर उसे करके दोनों पार्टियां नूं फिकर पिया होया, ये अपनी हलचल हो रही है क्योंकि वो आम आदमी आवे जां ना आवे पर उन्हें जिहड़ा पोलिटिकल सिस्टम दे विच उन्हें क्रिएट करती हुई है जिहड़ी टर्मोइल है। अच्छा बिल्कुल ठीक है। हरभजन समरा। हां जी, एक पंजाब लई बहुत वड्डी खुशखबरी आ। हां जी ओए हैगी आ मेरी प्रोडक्शन है, ये कांग्रेस वाले जेड़े आ सिद्धू तो बहुत वधिया इनू सपोर्ट देंगे, बहुत वधिया काम कराउणगे, दो साल ये तो वधिया काम करा के जिदा पहला मोदी आया सी गुजरात दे विचों गुजरात मॉडल बना के इनू पंजाब मॉडल बनाउण देंगे, and most probably they will use him in 2024 as a prime minister face in the country. No. Because okay. Congress does not have any candidate right now for prime ministership of that caliber. They will make Sidhu success. They will let him do the work what he wanted to do. They may enter, they may present him as a prime minister face in 2024 election. So that will help Punjab. ओके पिशारा सिंह जी क्लोज 15 सेकंड प्लीज। आ थोड़ा हुन बंद कीता पिया पहला, फिर मेरे को कटने पड़ने सारा काम। बाट साहब ने जिस तरह कहा कि कांग्रेस वड्डी पार्टी है, नेशनल पार्टी है, हिस्टोरिक पार्टी है, इस वे जी है ना अनफॉर्चुनेटली इट इज डाउन द ड्रम्स, इस वे जरा सेंटर है जरा उन्होंने भी अपनी सर्वाइवल का, अपने इमेज का, यदि रेनेसेंस का जरा सब तो ज्यादा फिक्र आ, और उन्हां दी रेनेसेंस ते उन्हां दी जिहड़ा रिवाइवल ते उन्हां दी सर्वाइवल आ उहदा दरवाजा पंजाब चों हो के जांदा। उन्हां ने पूरा जोर लाउणा कि पंजाब दा विच जिहड़ा ना इहनूं बनाउण, और इह जे रोल मॉडल बनदा है ते इट विल बी ए गुड न्यूज़ फॉर द रेस्ट ऑफ इंडिया। ओके चरणजीत, दो चरणजीत हो गए दोनों पासे बैठे, चरणजीत करे वाला चरणजीत फिनिश कर दे 15 सेकंड। हां जी, मेरी तां इही आ कि जिस तरह उन्होंने आख्या कि पी एम वास्ते यूज करनगे, इट्स गुड लक, कोई माड़ी गल नहीं हैगी, पर एंड ये सारिया जिहड़ियां चीजां कर रहे ने अज यह सिर्फ आम आदमी पार्टी तो डरदे कर रहे ने। जे यह ना हुंदे आम आदमी पार्टी दिल्ली दे विच ना हुंदी तां इन्हां ने कुछ नहीं करना सी, जिस तरह अगे चेंज हुंदी रहे आ सी एम उस तरह हुण हुंदे रहने सी, ते उधर बंगाल दे विच ममता ने कीता काम जिहदे नाल इहनां दे पैर हिले पए ने। कांग्रेस हुण कोई नैशनल पार्टी नहीं रही हैगी, कांग्रेस तां पॉकेट पार्टी रहेगी इंडिया दे विच। चरणजीत आएगी कांग्रेस पार्टी, डोंट वरी अबाउट दैट, उन्होंने डिफरेंट प्रिंसिपल ने। चरणजीत चरणजीत बाट 15 सेकंड क्लोज करो। चरणजीत बाट कांग्रेस पार्टी सारे भवन जिवें पहला अपने साथियों ने कहा बहुत पुरानी पार्टी है, सारे अपने इस करके इंप्रूवमेंट लियाउणगे इन्हां दे, दूजियां थोड़ी जिहा धर्म नाल जुड़ जांदियां ना पार्टियां, इस करके थोड़ा जिहा अपने जिहड़े धर्म हुण सारिआं च ही है, टोटली स्टेटां जिहड़ियां हैगियां डिफरेंट डिफरेंट लैंग्वेज करके इहदे करके ना नैशनल करके थोड़ा बहुत चांस हैगे आ। इह वी ਬਈ ਉਹਨਾਂ ਤੋਂ ਐਗਜ਼ਾਮਪਲ ਲੈ ਲਈਏ ਆਮ ਪਾਰਟੀ ਤੋਂ, ਇਹਨਾਂ ਦੇ ਵਿੱਚ ਵੀ ਹੈਗਾ ਵੀ ਥੋੜੀ ਚੇਂਜ ਕਰੀਏ,
ਉਹਨਾਂ ਨੇ ਐਗਜ਼ਾਮਪਲ ਕੀਤੀ ਹੈ ਜਾਂ ਇਹਨਾਂ ਨੇ ਆਪਣੇ ਆਪ ਵੀ ਹਰੇਕ ਬੰਦੇ ਦੇ ਹੁੰਦਾ ਵੀ ਆਹ ਕਰਦੇ ਇਹ ਤਾਂ ਡਰ ਹੈਗਾ ਜਿਵੇਂ ਭਾਈ ਸਾਹਿਬ ਚਰਨਜੀਤ ਦੂਜੇ ਨੇ ਕਿਹਾ ਵੀ ਉਹ ਨਹੀਂ ਤਾਂ ਇਹਨਾਂ ਨੇ ਚੇਂਜ ਨਹੀਂ ਲਿਆਉਣਾ ਉਹਨਾਂ ਨੂੰ ਇਹ ਹੈ ਵੀ ਇਹ ਨਾ ਨਵੀਂ ਪਾਰਟੀ ਨਾ ਆ ਜਾਵੇ ਬਸ ਸਭ ਤੋਂ ਜ਼ਿਆਦਾ ਇਹਨਾਂ ਨੇ ਇਹ ਚੀਜ਼ ਤੇ ਲਾਉਣਾ ਦੋਨਾਂ ਪਾਰਟੀਆਂ ਨੇ ਕਿ ਇਹ ਪਾਰਟੀ ਨੂੰ ਆਉਣੇ ਨਾ ਦੇਈਏ ਕਾਂਗਰਸ ਨੈਸ਼ਨਲ ਪਾਰਟੀ ਹੈ ਅਕਾਲੀ ਅਕਾਲੀ ਵੀ ਛੋਟੀ ਪਾਰਟੀ ਹੈ ਪੰਜਾਬ ਵਿਚ ਹੀ ਹੈ ਮਹਾਰਾਜ ਕੁਛ ਵੀ ਹੋਵੇ ਕੋਈ ਵੀ ਯੂਨੋ ਪਾਰਟੀ ਆਵੇ ਅਸੀਂ ਤਾਂ ਕਹਿੰਦੇ ਹਾਂ ਪੰਜਾਬ ਵਿੱਚ ਨਾ ਕੋਈ ਥੋੜੀ ਜਿਹੀ ਚੇਂਜ ਆਵੇ ਇਹਦੇ ਨਾਲ ਨਾ ਥੋੜੀ ਹੁਣ ਤਾਂ ਜ਼ਿਆਦਾ ਦੀ ਜ਼ਰੂਰਤ ਹੈ ਐਕਚੁਲੀ ਜ਼ਿਆਦਾ ਦੀ ਆ ਪਰ ਅਸੀਂ ਦਿਨੋ ਦਿਨ ਨਾ ਯੂਨੋ ਪੰਜਾਬ ਦੀ ਸਿਚੁਏਸ਼ਨ ਖਰਾਬ ਹੋਈ ਜਾ ਰਹੀ ਆ ਅਸੀਂ ਕਹਿੰਦੇ ਵੀ ਉਹ ਪਾਰਟੀ ਆਵੇ ਜਿਹੜੀ ਇਹਨੂੰ ਥੱਲਿਓਂ ਉੱਪਰ ਚੱਕ ਸਕੇ ਤੇ ਕਿਸਾਨਾਂ ਨੂੰ ਵਾਪਸ ਘਰੇ ਲਿਆ ਸਕੇ ਕਿਸਾਨਾਂ ਨੂੰ ਖੁਸ਼ ਕਰ ਸਕੇ ਉਹ ਪਾਰਟੀ ਨੂੰ ਅਸੀਂ ਚੁਣਦੇ ਓਕੇ ਲੈਟ ਵੈਰੀ ਗੁੱਡ ਠੀਕ ਆ ਲਾਸਟ ਬਡਾਲਾ ਸਾਹਿਬ ਨਾਲ ਆਪਣੀ ਜਦ ਮੀਟਿੰਗ ਹੋਈ ਆ ਅਖੀਰ ਤੇ ਕੁਐਸਚਨ ਆਨਸਰਾਂ ਦੇ ਵਿੱਚ ਬਡਾਲਾ ਸਾਹਿਬ ਵੀ ਐਗਰੀ ਹੋ ਗਏ ਨੇ ਇਹ ਤੇ ਵੈਰੀ ਓਨੈਸਟ ਗਾਏ ਵੈਰੀ ਪ੍ਰੋਫੈਸ਼ਨਲ ਪਰ ਐਟ ਦਾ ਐਂਡ ਉਹਨਾਂ ਨੂੰ ਐਗਰੀ ਹੋਣਾ ਪਿਆ ਹੈਗਾ ਕਿ ਜਿਹੜੇ ਸਾਡੇ ਲੀਡਰ ਆ ਨਾ ਇਹਨਾਂ ਨੂੰ ਕੋਈ ਅੱਛੇ ਲੀਡਰ ਮੂਹਰੇ ਲੈ ਕੇ ਆਉਣਾ ਪੈਣਾ ਕਰਪਸ਼ਨ ਜਿਹੜਾ ਸੋਚਣ ਵੀ ਖਤਮ ਹੋਵੇ ਅੱਛੇ ਸਕੂਲਿੰਗ ਸਿਸਟਮ ਹੋਵੇ ਹੈਲਥ ਡਿਪਾਰਟਮੈਂਟ ਦਾ ਹੋਵੇ ਉਹ ਐਗਰੀ ਕਰ ਗਏ ਨੇ ਬੜਾ ਸੋਹਣਾ ਉਹਨਾਂ ਨੇ ਕੰਡੈਮ ਕੀਤਾ ਹੈਗਾ ਪੋਲੀਟੀਸ਼ਨਾਂ ਨੂੰ ਆਈ ਐਮ ਵੈਰੀ ਹੈਪੀ ਰਾਜ ਮੈਨ ਬਡਾਲਾ ਜੀ ਨੇ ਪਰ ਹੀ ਇਜ਼ ਅ ਵੈਰੀ ਨਾਈਸ ਗਾਏ ਓਕੇ ਨਾਓ ਵੈਨ ਵੀ ਆਰ ਟਾਕਿੰਗ ਅਬਾਊਟ ਜੋ ਆਪਣੇ ਸਿੱਧੂ ਦੀ ਗੱਲਬਾਤ ਕਰ ਰਹੇ ਹਾਂ ਜਨਰਲੀ ਵਰਲਡ ਵਾਈਡ ਜਿਹੜੀ ਮੇਰੀ ਪ੍ਰੈਡਿਕਸ਼ਨ ਹੈਗੀ ਆ ਮੋਸਟ ਆਫ ਦਾ ਪੀਪਲ ਹੈਪੀ ਚਾਹੇ ਉਹ ਆਪ ਪਾਰਟੀ ਆ ਚਾਹੇ ਹੋਰ ਹੁਣ ਕੇਜਰੀਵਾਲ ਨੂੰ ਅੱਛਾ ਹੀ ਕਹਿੰਦੇ ਨੇ ਆਪੋਜੀਸ਼ਨ ਵਾਲੇ ਵੀ ਕਹਿੰਦੇ ਨੇ ਕਈ ਬੰਦੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਐਂਡ ਚਰਨਜੀਤ ਗਰੇਵਾਲ ਇਹਦੇ ਵਿੱਚ ਹੈਲਪ ਹੀ ਹੋ ਰਹੀ ਹੈਗੀ ਆ ਕਿ ਅਸੀਂ ਜੇ ਉੱਥੇ ਅੱਛਾ ਕੰਮ ਕਰੇਗਾ ਇਹ ਇੱਥੇ ਕੰਮ ਗਾ ਦੈਟ ਵਿਲ ਬੀ ਗੁੱਡ ਮਾਡਲ ਫਾਰ ਦੈਟ ਦੈਟਸ ਵੈਰੀ ਗੁੱਡ ਫਾਰ ਦੈਟ ਥੈਂਕ ਯੂ ਵੈਰੀ ਮੱਚ ਫਾਰ ਐਵਰੀਬਾਡੀ ਪਾਰਟਿਸਪੇਟ